ਅਗਲੀ ਖਬਰ ਵਿੱਚ ਜਲੀਏ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਸਟੂਡੈਂਟ ਲੋਨ ਨੂੰ ਲੈ ਕੇ ਕਹਿੰਦੇ ਭਈ ਆਪੜਾ ਡਿਸੀਜਨ ਬਹੁਤ ਜਲਦੀ ਬਣਾਉਣ ਜਾ ਰਹੇ ਹੈਗੇ ਆ 10000 ਡਾਲਰ ਤੱਕ ਸਟੂਡੈਂਟ ਲੋਨ ਮਾਫ ਕਰਨ ਬਾਰੇ ਉਹ ਸੋਚ ਰਹੇ ਆ ਜਿਹਦੇ ਵਿੱਚ ਇੱਕ ਕੰਡੀਸ਼ਨ ਲਾਈ ਗਈ ਆ ਭਈ ਜੇ 1 ਲੱਖ 25000 ਤੋਂ ਘੱਟ ਐਨੂਅਲ ਇਨਕਮ ਹੈਗੀ ਆ ਫਿਰ ਉਹਨਾਂ ਦਾ 10 ਜਿਹੜਾ ਡਾਲਰ ਤੱਕ ਜਿਹੜਾ ਸਟੂਡੈਂਟ ਲੋਨ ਆ ਉਹੋ ਮਾਫ ਹੋ ਸਕਦਾ ਹੈਗਾ ਪਰ ਪ੍ਰੋਗਰੈਸਿਵਸ ਜਿਹੜੇ ਡੈਮੋਕ੍ਰੇਟ ਆ ਉਹ ਕਾਫੀ ਡਿਸਪਾਇੰਟਡ ਹੈਗੇ ਕਹਿੰਦੇ ਵੀ ਅਸੀਂ 2020 ਦੀ ਕੈਂਪੇਨ ਦੇ ਵਿੱਚ ਆਪਾਂ ਇਹ ਮੁੱਦਾ ਚੁੱਕਿਆ ਸੀ ਸਟੂਡੈਂਟ ਲੋਨ ਮਾਫ ਕਰਾਂਗੇ ਕਈ ਤਾਂ ਪ੍ਰੋਗਰੈਸਿਵ ਇਹ ਕਹਿ ਰਹੇ ਆ ਕਿ 50000 ਡਾਲਰ ਤੱਕ ਸਟੂਡੈਂਟ ਲੋਨ ਮਾਫ ਕਰਨੇ ਚਾਹੀਦੇ ਆ ਅੱਜ ਕੱਲ੍ਹ ਗ੍ਰੈਜੂਏਸ਼ਨ ਦਾ ਸੀਜ਼ਨ ਚੱਲ ਰਿਹਾ ਤੇ ਬਹੁਤ ਜਗ੍ਹਾ ਦੇ ਉੱਤੇ ਵੱਖ-ਵੱਖ ਇਵੈਂਟਸ ਹੋ ਰਹੀਆਂ ਬੱਚਿਆਂ ਨੂੰ ਡਿਗਰੀਆਂ ਮਿਲ ਰਹੀਆਂ ਤੇ ਡੈਮੋਕਰੇਟ ਇਹ ਸੋਚ ਰਹੇ ਆ ਕਿ ਇਹ ਜੇ ਆਪਾਂ ਜਿਹੜਾ ਸਟੂਡੈਂਟ ਲੋਨ ਆ ਉਹ ਮਾਫ਼ ਕਰ ਦੇ ਇਸ ਟਾਈਮ ਦੇ ਉੱਤੇ ਤੇ ਉਹ ਇੱਕ ਗੁੱਡ ਮੈਸੇਜ ਆਊਗਾ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਤੇ ਸੈਨੇਟਰ ਐਲਿਜ਼ਾਬੈਥ ਵੈਰਨ ਰਾਫੀਅਲ ਵਰਨੋ ਕਾ ਇਹਨਾਂ ਦੇ ਨਾਲ ਪਿਛਲੇ ਹਫਤੇ ਵਾਈਟ ਹਾਊਸ ਦੇ ਵਿੱਚ ਮੀਟਿੰਗ ਵੀ ਕੀਤੀ ਹੈਗੀ ਆ ਅ ਇਸ ਮੁੱਦੇ ਦੇ ਉੱਤੇ ਸੋ ਹਜੇ ਤੱਕ ਇਹ ਡਿਸਾਈਡ ਨਹੀਂ ਹੋ ਸਕਿਆ ਕਿ 10000 ਡਾਲਰ ਤੱਕ ਮਾਫ ਕਰਨਗੇ 20000 ਕਰਨਗੇ ਜਾਂ 50000 50000 ਡਾਲਰ ਔਖਾ ਲੱਗਦਾ ਕਿਉਂਕਿ ਉਹਦੇ ਚ ਬਹੁਤ ਜ਼ਿਆਦਾ ਇਵਨ ਡੈਮੋਕ੍ਰੇਟ ਕਾਂਗਰਸਮੈਨ ਵੀ ਨਹੀਂ ਸਾਥ ਦੇ ਰਹੇ ਪਰ ਦਾਸ ਹਜ਼ਾਰ ਲੱਗਦਾ ਵੀ ਇਹ ਮਾਫ ਹੋ ਸਕਦਾ ਹੈਗਾ ਜੀ ਬਿਲਕੁਲ ਸੋ ਅਗਸਤ ਤੱਕ ਤਾਂ ਵੈਸੇ ਹੀ ਮਿਲਦਾ ਇਹਨਾਂ ਨੇ ਜਿਹੜੇ ਫੈਡਰਲ ਸਟੂਡੈਂਟ ਲੋਨਸ ਆ ਉਸ ਨੂੰ ਉਹਨਾਂ ਨੇ ਗਾਂਹ ਕੀਤਾ ਹੋਇਆ ਵੀ ਭਾਈ ਕੋਈ ਗੱਲ ਨਹੀਂ ਤੁਸੀਂ ਜੇ ਅਜੇ ਡਿਲੇ ਦੇ ਵਿੱਚ ਜੇ ਦੇਣਾ ਚਾਹੁੰਦੇ ਆ ਆਪਣੇ ਲੋਨਸ ਜਿਹੜੇ ਸਟੂਡੈਂਟ ਲੋਨਸ ਆ ਤਾਂ ਇੰਤਜ਼ਾਰ ਕਰੋ ਸੋ ਮੈਨ ਲੱਗਦਾ ਵੀ ਹੁਣ ਜਿੰਨੇ ਵੀ ਸਟੂਡੈਂਟ ਲੋਨਸ ਵਾਲੇ ਆ ਉਹਨਾਂ ਨੂੰ ਹੁਣ ਥੋੜਾ ਜਿਹਾ ਇੰਤਜ਼ਾਰ ਕਰ ਲੈਣਾ ਮੇਬੀ ਚਲੋ ਦਾਸੀ ਹਾਰੀ ਸਿੰਘ ਕਿਸੇ ਦਾ ਕਿਸੇ ਨੂੰ ਕੁਛ ਤਾਂ ਜਿਹੜਾ ਉਹ ਸੇਵ ਹੋ ਸਕਦਾ ਹੈ 1.5 ਲੱਖ ਡਾਲਰ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਦੱਸਿਆ ਵੀ ਡੈਟ ਫਰਗਿਵਨਸ ਦੇ ਲਈ ਜੇ ਕੋਈ ਇਕੱਲਾ ਫਾਈਲ ਕਰ ਰਿਹਾ ਹੈ ਸਿੰਗਲ ਤਾਂ 1.5 ਲੱਖ ਤੋਂ ਘੱਟ ਇਨਕਮ ਤੇ ਜੇ ਮੈਰਿਡ ਕਪਲਸ ਫਾਈਲਿੰਗ ਜੁਆਇੰਟਲੀ ਆ ਤੇ 3 ਲੱਖ ਤੋਂ ਥੱਲੇ ਜਿਹੜੀ ਇਨਕਮ ਆ ਤੇ ਉਹਨਾਂ ਦਾ ਇਹ ਮਾਫ ਹੋ ਸਕਦਾ ਸੋ ਜਿਹੜੇ ਇਸ ਤੇ ਨਜ਼ਦੀਕ ਸੂਤਰ ਆ ਉਹ ਇਹ ਚੀਜ਼ਾਂ ਜਿਹੜੀਆਂ ਦੱਸ ਰਿਹਾ ਸੋ ਵਾਈਟ ਹਾਊਸ ਕਿਤੇ ਨਾ ਕਿਤੇ 10000 ਡਾਲਰ ਸਟੂਡੈਂਟ ਡੈਟ ਪਰ ਬਾਰੋਅਰ ਮਾਫ ਕਰਨ ਵਲ ਨੂੰ ਹੌਲੀ ਹੌਲੀ ਆਪਣੇ ਕਦਮ ਜਿਹੜੇ ਆ ਉਹ ਅਵਧਾਰ ਰਹੇ ਹੈਗੇ ਆ ਸੋ ਹੁਣ ਦੇਖੋ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ ਇਹ ਹੁਣੇ ਆ ਵੀ ਸ਼ਾਇਦ ਸਿਰਫ ਸਿਰਫ ਜਿਹੜੇ ਫੈਡਰਲ ਲੋਨਸ ਆ ਫੈਡਰਲ ਸਟੂਡੈਂਟ ਲੋਨਸ ਆ ਨਾ ਕਈਆਂ ਨੇ ਜਿਹੜੀਆਂ ਪ੍ਰਾਈਵੇਟ ਪਾਰਟੀਆਂ ਤੋਂ ਵੀ ਲੋਨ ਚੱਕੇ ਹੁੰਦੇ ਆ ਸਟੂਡੈਂਟਸ ਨੂੰ ਉਹਨਾਂ ਨੂੰ ਲੈ ਕੇ ਹ ਹੁਣ ਦੇਖਣਾ ਹੋਊਗਾ ਵੀ ਉਹ ਮਾਫ ਕਰਦੇ ਆ ਕਿ ਨਹੀਂ ਉਹਦੇ ਘੱਟ ਚਾਂਸ ਆ ਜਿਹੜੇ ਸਰਕਾਰ ਦੇ ਅਧੀਨ ਲੋਨਸ ਆ ਸ਼ਾਇਦ ਉਹਨਾਂ ਦੇ ਵਿੱਚ ਹੀ ਇਹ ਡੈਟ ਫਰਗਿਵਨਸ ਜਿਹੜੀ ਹੋ ਸਕਦੀ ਹੈ ਜਿੱਦਾਂ ਆਪਾਂ ਦੇਖਿਆ ਸੀਗਾ ਈਆਈਡੀਐਲ ਪੀਪੀ ਲੋਨਸ ਜਿਹੜੇ ਫੈਡਰਲ ਸਰਕਾਰ ਵੱਲੋਂ ਦਿੱਤੇ ਗਏ ਸੀ ਉਹਨਾਂ ਦੇ ਵਿੱਚ ਹੀ ਫਰਗਿਵਨਸ ਸਰਕਾਰ ਜਿਹੜੀ ਆ ਉਹ ਕਰ ਰਹੀ ਹੈ ਪ੍ਰਾਈਵੇਟ ਜਿਹੜੇ ਪਾਸੇ ਆ ਉਧਰ ਨਹੀਂ ਹੋਊਗੀ ਸੋ ਲੈਟਸ ਸੀ ਕੀ ਬਣਦਾ ਪਰ ਇਸ ਦੇ ਉੱਤੇ ਚਰਚਾ ਕਾਫੀ ਤੇਜ਼ ਆ ਲੱਗਦਾ ਵੀ ਐਸਆਈ ਇਸ ਦੇਤੇ ਹੁਣ ਜਲਦੀ ਸੁੱਕ ਜਾਣੀ ਅਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਫੈਸਲਾ ਜਿਹੜਾ ਹੈ ਉਹ ਆ ਜਾਣਾ ਹੈਗਾ ਜੀ ਅਗਲੀ ਖ਼ਬਰ ਵਿੱਚ ਜਲੀਏ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਸਟੂਡੈਂਟ ਲੋਨ ਨੂੰ ਲੈ ਕੇ ਕਹਿੰਦੇ ਭਈ ਆਪਣਾ ਡਿਸੀਜਨ ਬਹੁਤ ਜਲਦੀ ਬਣਾਉਣ ਜਾ ਰਹੇ ਹੈਗੇ ਆ 10000 ਡਾਲਰ ਤੱਕ ਸਟੂਡੈਂਟ ਲੋਨ ਮਾਫ ਕਰਨ ਬਾਰੇ ਉਹ ਸੋਚ ਰਹੇ ਆ ਜਿਹਦੇ ਵਿੱਚ ਇੱਕ ਕੰਡੀਸ਼ਨ ਲਾਈ ਗਈ ਆ ਭਈ ਜੇ 1 ਲੱਖ 25000 ਤੋਂ ਘੱਟ ਐਨੂਅਲ ਇਨਕਮ ਹੈਗੀ ਆ ਫਿਰ ਉਹਨਾਂ ਦਾ 10 ਜੀ ਡਾਲਰ ਤੱਕ ਜਿਹੜਾ ਸਟੂਡੈਂਟ ਲੋਨ ਆ ਉਹ ਮਾਫ ਹੋ ਸਕਦਾ ਹੈਗਾ ਪਰ ਪ੍ਰੋਗਰੈਸਿਵਸ ਜਿਹੜੇ ਡੈਮੋਕ੍ਰੇਟ ਆ ਉਹ ਕਾਫੀ ਡਿਸਪਾਇੰਟਡ ਹੈਗੇ ਕਹਿੰਦੇ ਵੀ ਅਸੀਂ 2020 ਦੀ ਕੈਂਪੇਨ ਦੇ ਵਿੱਚ ਆਪਾਂ ਇਹ ਮੁੱਦਾ ਚੁੱਕਿਆ ਸੀ ਸਟੂਡੈਂਟ ਲੋਨ ਮਾਫ ਕਰਾਂਗੇ ਕਈ ਤਾਂ ਪ੍ਰੋਗਰੈਸਿਵ ਇਹ ਕਹਿ ਰਹੇ ਆ ਵੀ 50 ਹਜ਼ਾਰ ਡਾਲਰ ਤੱਕ ਸਟੂਡੈਂਟ ਲੋਨ ਮਾਫ ਕਰਨੇ ਚਾਹੀਦੇ ਆ ਅੱਜ ਕੱਲ੍ਹ ਗ੍ਰੈਜੂਏਸ਼ਨ ਦਾ ਸੀਜ਼ਨ ਚੱਲ ਰਿਹਾ ਤੇ ਬਹੁਤ ਜਗ੍ਹਾ ਦੇ ਉੱਤੇ ਵੱਖ-ਵੱਖ ਇਵੈਂਟਸ ਹੋ ਰਹੀਆਂ ਬੱਚਿਆਂ ਨੂੰ ਡਿਗਰੀਆਂ ਮਿਲ ਰਹੀਆਂ ਤੇ ਡੈਮੋਕਰੇਟ ਸੋਚ ਰਹੇ ਆ ਵੀ ਇਹ ਜੇ ਆਪਾਂ ਜਿਹੜਾ ਸਟੂਡੈਂਟ ਲੋਨ ਆ ਉਹ ਮਾਫ਼ ਕਰ ਦੇਈਏ ਇਸ ਟਾਈਮ ਦੇ ਉੱਤੇ ਤੇ ਉਹ ਇੱਕ ਗੁੱਡ ਮੈਸੇਜ ਆਊਗਾ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਸੈਨੇਟ ਮੈਜੋਰਟੀ ਲੀਡਰ ਜੈਕ ਸ਼ੂਮਰ ਤੇ ਸੈਨੇਟਰ ਐਲਿਜ਼ਾਬੈਥ ਵੈਰਨ ਰਾਫੀਅਲ ਵਰਨੋ ਕਾ ਇਹਨਾਂ ਦੇ ਨਾਲ ਪਿਛਲੇ ਹਫਤੇ ਵਾਈਟ ਹਾਊਸ ਦੇ ਵਿੱਚ ਮੀਟਿੰਗ ਵੀ ਕੀਤੀ ਹੈਗੀ ਆ ਅ ਇਸ ਮੁੱਦੇ ਦੇ ਉੱਤੇ ਸੋ ਹਜੇ ਤੱਕ ਇਹ ਡਿਸਾਈਡ ਨਹੀਂ ਹੋ ਸਕਿਆ ਕਿ 10000 ਡਾਲਰ ਤੱਕ ਮਾਫ ਕਰਨਗੇ 20000 ਕਰਨਗੇ ਜਾਂ 50000 50000 ਡਾਲਰ ਔਖਾ ਲੱਗਦਾ ਕਿਉਂਕਿ ਉਹਦੇ ਚ ਬਹੁਤ ਜ਼ਿਆਦਾ ਇਵਨ ਡੈਮੋਕ੍ਰੇਟ ਕਾਂਗਰਸਮੈਨ ਵੀ ਨਹੀਂ ਸਾਥ ਦੇ ਰਹੇ ਪਰ 60000 ਲੱਗਦਾ ਵੀ ਇਹ ਮਾਫ ਹੋ ਸਕਦਾ ਹੈਗਾ ਜੀ ਬਿਲਕੁਲ ਸੋ ਅਗਸਤ ਤੱਕ ਤਾਂ ਵੈਸੇ ਹੀ ਮਿਲਦਾ ਇਹਨਾਂ ਨੇ ਜਿਹੜੇ ਫੈਡਰਲ ਸਟੂਡੈਂਟ ਲੋਨਸ ਆ ਉਸ ਨੂੰ ਉਹਨਾਂ ਨੇ ਗਾਂਹ ਕੀਤਾ ਹੋਇਆ ਵੀ ਭਾਈ ਕੋਈ ਗੱਲ ਨਹੀਂ ਤੁਸੀਂ ਜੇ ਅਜੇ ਡਿਲੇ ਦੇ ਵਿੱਚ ਜੇ ਦੇਣਾ ਚਾਹੁੰਦੇ ਆਪਣੇ ਲੋਨਸ ਜਿਹੜੇ ਸਟੂਡੈਂਟ ਲੋਨਸ ਆ ਤਾਂ ਇੰਤਜ਼ਾਰ ਕਰੋ ਸੋ ਮੈਨ ਲੱਗਦਾ ਵੀ ਹੁਣ ਜਿੰਨੇ ਵੀ ਸਟੂਡੈਂਟ ਲੋਨਸ ਵਾਲੇ ਆ ਉਹਨਾਂ ਨੂੰ ਹੁਣ ਥੋੜਾ ਜਿਹਾ ਇੰਤਜ਼ਾਰ ਕਰ ਲੈਣਾ ਮੇਬੀ ਚਲੋ 10000 ਰਈ ਸਿੰਘ ਕਿਸੇ ਦਾ ਕਿਸੇ ਨੂੰ ਕੁਝ ਤਾਂ ਜਿਹੜਾ ਉਹ ਸੇਵ ਹੋ ਸਕਦਾ ਹੈ 1.5 ਲੱਖ ਡਾਲਰ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਦੱਸਿਆ ਵੀ ਡੈਟ ਫੋਰਗਿਵਨਸ ਦੇ ਲਈ ਜੇ ਕੋਈ ਕੱਲਾ ਫਾਈਲ ਕਰ ਰਿਹਾ ਹੈ ਸਿੰਗਲ ਤਾਂ 1.5 ਲੱਖ ਤੋਂ ਘੱਟ ਇਨਕਮ ਤੇ ਜੇ ਮੈਰਿਡ ਕਪਲਸ ਫਾਈਲਿੰਗ ਜੁਆਇੰਟਲੀ ਆ ਤੇ 3 ਲੱਖ ਤੋਂ ਥੱਲੇ ਜਿਹੜੀ ਇਨਕਮ ਆ ਤੇ ਉਹਨਾਂ ਦਾ ਇਮਾਰ ਫੋ ਸਕਦਾ ਸੋ ਜਿਹੜੇ ਇਸਤੇ ਨਜ਼ਦੀਕ ਸੂਤਰ ਆ ਉਹ ਇਹ ਚੀਜ਼ਾਂ ਜਿਹੜੀਆਂ ਦੱਸ ਰੇ ਆ ਸੋ ਵਾਈਟ ਹਾਊਸ ਕਿਤੇ ਨਾ ਕਿਤੇ 10000 ਡਾਲਰ ਸਟੂਡੈਂਟ ਡੈਟ ਪਰ ਬਾਰੋਅਰ ਮਾਫ ਕਰਨ ਵਾਲ ਨੂੰ ਹੌਲੀ ਹੌਲੀ ਆਪਣੇ ਕਦਮ ਜਿਹੜੇ ਆ ਉਹ ਵਧਾ ਰਹੇ ਹੈਗੇ ਆ ਸੋ ਹੁਣ ਦੇਖੋ ਕੀ ਜਿਹੜਾ ਇਸਤੇ ਵਿੱਚ ਬਣਦਾ ਆ ਇਹ ਹੁਣੇ ਆ ਵੀ ਸ਼ਾਇਦ ਸਿਰਫ ਸਿਰਫ ਜਿਹੜੇ ਫੈਡਰਲ ਲੋਨਸ ਆ ਫੈਡਰਲ ਸਟੂਡੈਂਟ ਲੋਨਸ ਉਹਨਾਂ ਕਈਆਂ ਨੇ ਜਿਹੜੀਆਂ ਪ੍ਰਾਈਵੇਟ ਪਾਰਟੀਆਂ ਤੋਂ ਵੀ ਲੋਨ ਚੱਕੇ ਹੁੰਦੇ ਆ ਸਟੂਡੈਂਟਸ ਨੂੰ ਉਹਨਾਂ ਨੂੰ ਲੈ ਕੇ ਹੁਣ ਦੇਖਣਾ ਹੋਊਗਾ ਵੀ ਉਹ ਮਾਫ ਕਰਦੇ ਆ ਕਿ ਨਹੀਂ ਉਹਦੇ ਘੱਟ ਚਾਂਸ ਆ ਜਿਹੜੇ ਸਰਕਾਰ ਦੇ ਅਧੀਨ ਲੋਨਸ ਆ ਸ਼ਾਇਦ ਉਹਨਾਂ ਦੇ ਵਿੱਚ ਹੀ ਇਹ ਡੈਟ ਫੋਰਗਿਵਨਸ ਜਿਹੜੀ ਹੋ ਸਕਦੀ ਹੈ ਜਿੱਦਾਂ ਆਪਾਂ ਦੇਖਿਆ ਸੀਗਾ EI D L PP ਲੋਨਸ ਜਿਹੜੇ ਫੈਡਰਲ ਸਰਕਾਰ ਵੱਲੋਂ ਦਿੱਤੇ ਗਏ ਸੀ ਉਹਨਾਂ ਦੇ ਵਿੱਚ ਹੀ ਫੋਰਗਿਵਨਸ ਸਰਕਾਰ ਜਿਹੜੀ ਆ ਉਹ ਕਰ ਰਹੀ ਹੈ ਪ੍ਰਾਈਵੇਟ ਜਿਹੜੇ ਪਾਸੇ ਆ ਉਧਰ ਨਹੀਂ ਹੋਊਗੀ ਸੋ ਲੈਟਸ ਸੀ ਕੀ ਬਣਦਾ ਪਰ ਇਸ ਦੇ ਉੱਤੇ ਚਰਚਾ ਕਾਫੀ ਤੇਜ਼ ਆ ਲੱਗਦਾ ਵੀ ਇਹ ਸਿਆਹੀ ਇਸ ਦੇ ਉੱਤੇ ਹੁਣ ਜਲਦੀ ਸੁੱਕ ਜਾਣੀ ਅਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਫੈਸਲਾ ਜਿਹੜਾ ਹੈ ਉਹ ਆ ਜਾਣਾ ਹੈਗਾ ਜੀ